अपने बाबा जी आप बड़ा प्यार बखते ने गुरु रामदास जी के जन्म स्थान तो लंगर छकन तो बाद हम आप अगे पूछ कर रहे हैं अपने होर इतने देखा हिस्टोरीकल के गुरद्वारा साहब ने तो आप उन्होंने दर्शन लिए चलोंगे तो होर गुरद्वारा साहब के दर्शन कराने हैं जेडे इतने शहीदा के गुरद्वरे बने हुए हैं शहीद किए गए सन तसीहे दे के उगले गुरद्वरे के आप दर्शन कर जावे अगे अगे तो बाकी ये है भी जिमें भी अपनी नॉलेज गेन होंगी आपे शेयर करने की कोशिश करा इदा ही बने रहे जिहड़ा मेन लाहौर का है दिल्ली गेट देखो तुम कि पुरातन इतिहास हाले तक सारा संभाल के रखे प्रॉपर मशाल बना के स्ट्रीट लाइट्स इतने जड़िया ने मशाल वर्गिया ने ते प्रॉपर देखो तुम मीनाकारी यही दिल्ली गेट है लाहौर का सारा कुछ देख लो इतने हाले तक उन्होंने संभाल के रखा है That's the Delhi Gate of Lahore. देख सकते हो मशाल वांगू उन्होंने लाइटा लाइया हुई ने देखो मशाल के अंदर लाइटा ने पूरा प्रॉपर उन्होंने मतलब इतिहासिक चीज़ों संभाल के रखा है।
ਆ ਵੀ ਘੁੰਮਣ ਦਾ ਥੋੜ੍ਹਾ ਜਿਹਾ ਮੌਕਾ ਮਿਲ ਜਾਂਦਾ ਹੈ ਇੱਦਾਂ ਦੀਆਂ ਮਾਰਕੀਟਸ ਵਗੈਰਾ ਇੱਦਾਂ ਦੀਆਂ ਗਲੀਆਂ ਦਾ ਕਿਉਂਕਿ ਆਪਾਂ ਇਹ ਆ ਵੀ ਦੁਬਾਰਾ ਦੁਬਾਰਾ ਤਾਂ ਆਉਂਦੇ ਨਹੀਂ ਪਤਾ ਨਹੀਂ ਕੀ ਪਤਾ ਕਦੋਂ ਫਿਰ ਦਾਦਾ ਮੌਕਾ ਦੇਵੇ ਇਸ ਲਈ ਆਪਾਂ ਸੋਚ ਰਹੇ ਹਾਂ ਵੀ ਕੋਸ਼ਿਸ਼ ਕੀਤੀ ਆ ਵੀ ਆਪਾਂ ਪੈਦਲ ਹੀ ਚੱਲੀਏ ਅਤੇ ਫੁੱਲ ਨਜ਼ਾਰੇ ਦਿਖਾ ਕੇ ਲਿਆਈਏ ਵੀ ਵਾਲੀ ਗੱਲ ਹੈ ਕਿ ਥੋੜ੍ਹਾ ਗਰਮੀ ਹੁੰਦੀ ਆ ਹੋਰ ਕੁਛ ਨਹੀਂ ਹੈ ਬਸ ਫਿਰ ਵੀ ਇੰਨਾ ਕੁਛ ਜ਼ਿਆਦਾ ਦੂਰ ਨਹੀਂ ਹੈ ਗੁਰਦੁਆਰਾ ਸਾਹਿਬ ਆਸਤਾ 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 ਆਪਾਂ ਪਹੁੰਚ ਰਹੇ ਹਾਂ ਪਿੱਛੇ ਇੱਕ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਦਿਖਾ ਕੇ ਲਿਆਇਆ ਜਿਹੜਾ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ ਅਤੇ ਹੁਣ ਆਪਾਂ ਜਾ ਰਹੇ ਹਾਂ ਭਾਈ ਤਾਰੂ ਜੀ ਦੇ ਸ਼ਹੀਦੀ ਅਸਥਾਨ ਉੱਤੇ ਅਤੇ ਫਿਰ ਆਪਾਂ ਉੱਥੇ ਤੁਹਾਨੂੰ ਦਰਸ਼ਨ ਦੀਦਾਰੇ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਬਾਕੀ ਇਹ ਹੈ ਵੀ ਉਹ ਨੀਅਰ ਅਬਾਊਟ ਹੀ ਹੋਏਗਾ ਆਪਾਂ ਇਸ ਟਾਈਮ ਘੁੰਮ ਰਹੇ ਹਾਂ ਲਾਹੌਰ ਦੀ ਚੂਨਾ ਮੰਡੀ ਕ੍ਰੋਸ ਕਰਕੇ ਦਿੱਲੀ ਗੇਟ ਵਾਲੀ ਸਾਈਡ ਦਿੱਲੀ ਦਰਬਾਰ ਮਾਰਕੀਟ ਦੇ ਵਿੱਚ ਬਾਕੀ ਇਹ ਆ ਵੀ ਕੋਸ਼ਿਸ਼ ਕਰਾਂਗੇ ਵੀ ਜਿਵੇਂ ਵੀ ਬਾਬਾ ਜੀ ਮਿਲ ਗਏ ਇਹ ਕਹਿੰਦੇ ਮੇਰੀ ਵੀ ਫੋਟੋ ਬਣਾ ਦਿਓ ਇਹ ਆਪਣੇ ਬਾਬਾ ਜੀ ਆਪਾਂ ਨੂੰ ਕਹਿੰਦੇ ਬੜਾ ਪਿਆਰ ਬਖਸ਼ਦੇ ਨੇ ਇਹ ਆ ਵੀ ਇਹਨਾਂ ਨੇ ਕਹਿੰਦੇ ਵੀ ਸਾਡੀ ਵੀਡੀਓ ਬਣਾ ਲਓ ਮੈਂ ਕਿਹਾ ਕੋਈ ਗੱਲ ਨਹੀਂ ਆਪਣੇ ਵੱਡੇ ਬਜ਼ੁਰਗ ਨੇ ਠੀਕ ਹੈ ਇਹ ਆਪਣੇ ਵੱਡੇ ਬਜ਼ੁਰਗ ਨੇ ਠੀਕ ਹੈ ਤੇ ਬਸ ਜੀ ਸੇਵਾ ਇਹੀ ਹੈ ਵੀ ਤੁਸੀਂ ਇੰਨਾ ਪਿਆਰ ਬਖਸ਼ਿਆ ਪਿਆਰ ਕਰਨਾ ਮੈਂ ਤੈਨੂੰ ਪਿਆਰ ਕਰਕੇ ਬੁਲਾਇਆ ਮੈਂ ਉਹੀ ਕਿ ਇੰਨਾ ਪਿਆਰ ਇੰਨਾ ਮਾਣ ਬਖਸ਼ਿਆ ਬਸ ਉਨਾ ਹੀ ਚਾਹੀਦਾ ਜੀ ਬਹੁਤ ਹੈ ਤੁਹਾਡੇ ਲਈ ਚਲੋ ਠੀਕ ਹੈ ਜੀ ਇੱਦਾਂ ਹੀ ਆਪਾਂ ਮਤਲਬ ਤੁਸੀਂ ਦੇਖਿਆ ਵੀ ਕਾਫੀ ਪਿਆਰ ਸਤਿਕਾਰ ਮਿਲਦਾ ਹੈ ਵੱਡੇ ਬਜ਼ੁਰਗ ਅਤੇ ਇੱਥੋਂ ਦੇ ਭੈਣ ਭਰਾ ਬਹੁਤ ਪਿਆਰ ਬਖਸ਼ਦੇ ਨੇ ਬਹੁਤ ਮਾਣ ਬਖਸ਼ਦੇ ਨੇ ਪਿਆਰ ਸਤਿਕਾਰ ਬਖਸ਼ਦੇ ਨੇ ਅਤੇ ਇਹ ਹੈ ਵੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਦਿਲ ਕਰਦਾ ਵੀ ਆਪਣੇ ਇੰਡੀਅਨਸ ਨੂੰ ਮਿਲਣ ਦਾ ਜਿਵੇਂ ਆਪਾਂ ਜਾਂਦੇ ਹਾਂ ਅਤੇ ਇੱਦਾਂ ਹੀ ਉਹ ਵੀ ਜਦੋਂ ਆਉਣਗੇ ਆਪਾਂ ਵੀ ਉਹਨਾਂ ਤੋਂ ਪੂਰਾ ਮਾਣ ਸਤਿਕਾਰ ਬਖਸ਼ਾਂਗੇ ਬਸ ਇਹ ਹੈ ਵੀ ਥੋੜ੍ਹੀ ਜਿਹੀ ਘੋਲ ਹੋ ਜਾਂਦੀ ਹੈ ਗਵਰਨਮੈਂਟ ਕਈ ਵਾਰੀ ਵੀਜ਼ਾਸ ਨਹੀਂ ਪ੍ਰੋਵਾਈਡ ਕਰਾ ਪਾਉਂਦੀ ਕਈ ਰਹਿ ਜਾਂਦੇ ਆ ਉਹ ਬੰਦੇ ਅਤੇ ਹੋਪ ਸੋ ਕੋਈ ਗੱਲ ਨਹੀਂ ਜਦੋਂ ਜਿਵੇਂ ਜਿਵੇਂ ਕਿਸੇ ਦਾ ਵੀਜ਼ਾ ਲੱਗਦਾ ਬਾਕੀ ਉਹਨਾਂ ਦੀ ਕਿਸਮਤ 'ਤੇ ਡਿਪੈਂਡ ਹੈ ਥੋੜ੍ਹੇ ਸਿਕਿਉਰਿਟੀ ਪ੍ਰੋਟੋਕੋਲਸ ਵੀ ਫੋਲੋ ਕਰਨੇ ਹੁੰਦੇ ਨੇ ਠੀਕ ਹੈ ਅਤੇ ਗੌਰਮੈਂਟ ਦੀ ਥੋੜ੍ਹੀ ਜਿਹੀ ਅਥੋਰਿਟੀ ਹੁੰਦੀ ਹੈ ਉਹਨਾਂ ਨੇ ਸਾਰਾ ਕੁਛ ਦੇਖ ਕੇ ਪ੍ਰੋਪਰ ਵੀਜ਼ਾ ਪ੍ਰੋਵਾਈਡ ਕਰਨੇ ਹੁੰਦੇ ਆ ਬਾਕੀ ਇਹ ਵੀ ਆਪਾਂ ਨੂੰ ਰੱਬ ਨੇ ਮੌਕਾ ਦਿੱਤਾ ਥੋੜ੍ਹਾ ਜਿਹਾ ਆਪਾਂ ਫਿਰ ਇਹ ਹੈ ਤੁਹਾਨੂੰ ਇਸ ਟਾਈਮ ਲਾਹੌਰ ਦੀਆਂ ਗਲੀਆਂ ਦੀ ਸੈਰ ਕਰਾ ਰਹੇ ਹਾਂ ਇੱਦਾਂ ਹੀ ਬਣੇ ਰਹੋ ਮੇਰੇ ਨਾਲ ਆਪਾਂ ਹੁਣ ਜਾ ਰਹੇ ਹਾਂ ਭਾਈ ਤਾਰੂ ਜੀ ਦੇ ਸ਼ਹੀਦੀ ਅਸਥਾਨ 'ਤੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਚਲੋ ਦੇਖ ਰਹੇ ਹੋ ਮੇਰੇ ਨਾਲ ਪੰਜ ਟਾਈਮ ਇੱਥੇ ਗੁਰਦੁਆਰਾ ਸਾਹਿਬ ਦਾ ਗੇਟ ਸ਼ੋ ਹੋ ਰਿਹਾ ਕਾਫੀ ਮਤਲਬ ਪਤਲੀ ਜਿਹੀ ਗਲੀ ਹੈ ਇੱਥੇ ਅਤੇ ਗੇਟ ਇੱਧਰ ਦਾ ਬੰਦ ਆ ਆਪਾਂ ਨੂੰ ਉੱਪਰੋਂ ਦੀ ਘੁੰਮ ਕੇ ਆਉਣਾ ਪਏਗਾ ਇਹ ਸੁਣਨ ਨੂੰ ਮਿਲਿਆ ਕਿ ਭਾਈ ਤਾਰੂ ਜੀ ਦਾ ਜਿਹੜਾ ਸ਼ਹੀਦੀ ਅਸਥਾਨ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਹ ਇਸ ਟਾਈਮ ਫਿਲਹਾਲ ਟੈਂਪਰੇਰੀ ਸੀਲ ਹੈ ਗੌਰਮੈਂਟ ਵੱਲੋਂ ਕਿਉਂਕਿ ਇੱਥੇ ਮਸਜਿਦ ਔਰ ਗੁਰਦੁਆਰੇ ਦਾ ਥੋੜ੍ਹਾ ਜਿਹਾ ਹੈ ਬਾਕੀ ਅਸੀਂ ਤੁਹਾਨੂੰ ਗੇਟ ਤੋਂ ਦਿਖਾ ਦਿੰਦੇ ਹਾਂ ਵੀ ਕਿਸ ਸਾਈਡ ਹੈ ਗੁਰਦੁਆਰਾ ਸਾਹਿਬ ਜਿਹੜਾ ਸੀਲ ਕੀਤਾ ਹੋਇਆ ਇਹ ਉਹ ਸਥਾਨ ਹੈ ਜਿਸ ਜਗ੍ਹਾ ਉੱਤੇ ਭਾਈ ਤਾਰੂ ਜੀ ਦਾ ਸ਼ਹੀਦੀ ਅਸਥਾਨ ਹੈ ਇਸ ਟਾਈਮ ਗੌਰਮੈਂਟ ਵੱਲੋਂ ਇਹ ਸੀਲ ਕੀਤਾ ਹੋਇਆ ਕੀ ਹੈ ਵੀ ਵਿੱਚ ਮਸਜਿਦ ਹੈ ਅਤੇ ਗੁਰਦੁਆਰਾ ਸਾਹਿਬ ਹੈ ਇਹਨਾਂ ਨੂੰ ਸੀਲ ਹੋਣ ਕਾਰਨ ਆਪਾਂ ਦਰਸ਼ਨ ਨਹੀਂ ਕਰ ਪਾ ਰਹੇ ਪਰ ਇਹ ਆ ਵੀ ਬਾਹਰੋਂ ਆਪਾਂ ਮੱਥਾ ਟੇਕ ਕੇ ਜਾ ਸਕਦੇ ਸਾਹਮਣੇ ਆ ਜੋ ਗ੍ਰੀਨ ਕਲਰ ਦਾ ਗੇਟ ਦਿਖਾਈ ਦੇ ਰਿਹਾ ਇਹ ਭਾਈ ਤਾਰੂ ਜੀ ਦਾ ਸ਼ਹੀਦੀ ਅਸਥਾਨ ਹੈ ਅਤੇ ਇਸ ਜਗ੍ਹਾ ਉੱਪਰ ਮਤਲਬ ਇਸ ਟਾਈਮ ਥੋੜ੍ਹਾ ਮਸਜਿਦ ਔਰ ਗੁਰਦੁਆਰੇ ਨੂੰ ਲੈ ਕੇ ਥੋੜ੍ਹਾ ਜਿਹਾ ਚੱਲ ਰਿਹਾ ਅਤੇ ਗੌਰਮੈਂਟ ਵੱਲੋਂ ਇਹ ਫਿਲਹਾਲ ਸੀਲ ਕੀਤਾ ਹੋਇਆ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਝਗੜਾ ਜਾਂ ਕੋਈ ਨੁਕਸਾਨ ਨਾ ਹੋਵੇ ਕਿਸੇ ਤਾਂ ਕਰਕੇ ਚਲੋ ਆਪਾਂ ਬਾਕੀ ਇਹ ਹੈ ਵੀ ਥੋੜ੍ਹਾ ਹਟ ਕੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਇਹਦੇ ਰਿਗਾਰਡਿੰਗ ਹੀ ਅਤੇ ਆਪਾਂ ਉੱਥੇ ਆਪਾਂ ਚੱਲਦੇ ਹਾਂ ਅਤੇ ਆਪਾਂ ਚੱਲਦੇ ਹਾਂ ਜੀ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਗਏ ਹਾਂ ਉਸ ਗੁਰਦੁਆਰਾ 'ਤੇ ਅਤੇ ਜਿਹੜਾ ਕਿ ਕਹਿੰਦੇ ਨੇ ਸ਼ਹੀਦਾਂ ਦਾ ਬਣਾਇਆ ਗਿਆ ਹੈ ਇਹ ਸਥਾਨ ਇਹ ਸ਼ਹੀਦ ਸਿੰਘਣੀਆਂ ਦਾ ਸਿੰਘ ਸਿੰਘਣੀਆਂ ਦਾ ਜਿਹੜਾ ਗੁਰਦੁਆਰਾ ਬਣਿਆ ਹੋਇਆ ਜੀ ਗੁਰਦੁਆਰਾ ਜਿਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਹ ਉਹ ਸਥਾਨ ਹੈ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿਆਂ ਇੱਥੇ ਸਾਫ਼ ਸਾਫ਼ ਲਿਖਿਆ ਹੋਇਆ ਗੁਰਦੁਆਰਾ ਸ਼ਹੀਦ ਸਿੰਘ ਅਤੇ ਸਿੰਘਣੀਆਂ ਇਹ ਉਹ ਸਥਾਨ ਹੈ ਜਿੱਥੇ ਮਤਲਬ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀਗਾ ਜੀ
ਇੱਥੇ ਆਪਾਂ ਤੁਸੀਂ ਪੜ੍ਹਿਆ ਇਹ ਉਹ ਅਸਥਾਨ ਹੈ ਜਿਸ ਜਗ੍ਹਾ ਉੱਤੇ ਸਿੰਘਣੀਆਂ ਦੇ ਮਤਲਬ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸਨ। ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਮਤਲਬ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਸੀ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਹਾਰਿਆ ਅਤੇ ਬੰਦ ਬੰਦ ਕਟਾਏ। ਠੀਕ ਹੈ, ਜੋ ਵੀ ਹੈ ਆਪਣੇ ਬੱਚਿਆਂ ਦੇ ਉਹਨਾਂ ਨੇ ਟੋਟੇ ਤੱਕ ਕਰਵਾ ਲਏ। ਕਿੰਨਾ ਮਤਲਬ ਦਰਦਨਾਕ ਹੋਏਗਾ ਉਹ ਮੰਜ਼ਰ। ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਬੈਕ ਕੈਮਰੇ। ਮਨ ਰੇ